ਕਿ ਆਈਆਰਸੀਸੀ ਦੀ ਰਿਪੋਰਟ ਨਾ ਉਹਨਾਂ ਲੋਕਾਂ ਨੂੰ ਉਹਨਾਂ ਕਲੈਂਡਰ ਨੂੰ ਜਵਾਬ ਹੈ ਕਿ ਜਿਹੜੇ ਇਹ ਕਹਿ ਰਹੇ ਵੀਜ਼ੇ ਨਹੀਂ ਲੱਗ ਰਹੇ ਜਾਂ ਜੋ ਇਹ ਕਹਿ ਰਹੇ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ ਇਹ ਰਿਪੋਰਟ ਅਗਸਤ 2022 ਦੇ ਵਿੱਚ ਆਈ ਹੈ ਇਹ ਆਈਆਰਸੀਸੀ ਵੱਲੋਂ ਰਿਪੋਰਟ ਇਹ ਦੱਸਿਆ ਗਿਆ ਹੈ ਕਿ 2018 ਤੋਂ ਲੈ ਕੇ 2021 ਤੱਕ ਕਿਹੜੇ-ਕਿਹੜੇ ਕਾਲਜਸ ਦੀ ਰਿਫਿਊਜ਼ਲ ਦੀ ਰੇਸ਼ਿਓ ਜਿਹੜੀ ਇਨਕਰੀਜ਼ ਹੋਈ ਹੈ ਤੁਸੀਂ ਐਗਜ਼ਾਮਪਲ ਨਾਲ ਸਮਝੋ ਇੱਕ ਕਾਲਜ ਹੈ ਜਿੰਦੀ ਰਿਫਿਊਜ਼ਲ 3% ਵਧੀ ਹੈ ਸਿਰਫ 3% ਇੱਕ ਕਾਲਜ ਹੈ ਜਿਨ੍ਹਾਂ ਦੀ ਰਿਫਿਊਜ਼ਲ 80% ਵਧੀ ਹੈ ਹੁਣ ਪਬਲਿਕ ਕਾਲਜ ਫਾਈਲਾਂ ਲੱਗੀਆਂ ਪਰ ਕੀ ਹਰ ਇੱਕ ਬੱਚੇ ਨੂੰ ਉਹਦਾ ਮਨਪਸੰਦ ਕੋਰਸ ਮਿਲਿਆ ਹੋਏਗਾ ਨਹੀਂ ਮਿਲਿਆ ਹੋਏਗਾ ਜਦੋਂ ਮਨਪਸੰਦ ਕੋਰਸ ਨਹੀਂ ਮਿਲਦਾ ਯਾਨੀ ਕੋਰਸ ਦੀ ਰੈਲੇਵੈਂਸੀ ਕੋਰਸ ਨਹੀਂ ਮਿਲੇਗਾ ਤਾਂ ਐਂਡ ਆਫ ਦਾ ਰਿਜ਼ਲਟ ਕੀ ਨਿਕਲੇਗਾ ਰਿਫਿਊਜ਼ਲ ਤਾਂ ਇਹ ਸਮਝਣਾ ਪਏਗਾ ਮਾਰਕੀਟ ਵਿੱਚ ਵੀਜ਼ੇ ਤਾਂ ਕੈਨੇਡਾ ਦੇ ਰਹੀ ਹੈ ਬਟ ਹਰ ਇੱਕ ਕਲਸਡੈਂਟ ਨੂੰ ਨਹੀਂ ਮਿਲ ਰਹੇ ਹਰ ਇੱਕ ਕਾਲਜ ਦੇ ਵਿੱਚ ਨਹੀਂ ਮਿਲ ਰਹੇ ਹਰ ਇੱਕ ਪਾਰਟਿਕੂਲਰ ਕੋਰਸ ਦੇ ਵਿੱਚ ਵੀ ਨਹੀਂ ਮਿਲਦੇ ਪਏ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਕੈਨੇਡਾ ਨੇ ਰਿਫਿਊਜ਼ਲ ਦਾ ਰੇਸ਼ਿਓ ਵਧਾ ਦਿੱਤਾ ਕਿਉਂਕਿ ਐਪਲੀਕੇਸ਼ਨਾਂ ਜ਼ਿਆਦਾ ਲੱਗੀਆਂ ਉਹਨਾਂ ਬੱਚਿਆਂ ਦੀ ਜਿਹੜੇ ਐਲੀਜੀਬਲ ਨਹੀਂ ਸੀਗੇ ਹਰ ਇੱਕ ਬੱਚਾ ਜਿਹੜਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਰਿਹਾ ਹੈ ਉਹਨੂੰ ਇਹ ਰਿਪੋਰਟ ਜ਼ਰੂਰ ਦੇਖਣੀ ਚਾਹੀਦੀ ਉਹਨੂੰ ਸਮਝ ਆ ਜਾਏਗਾ ਕਿ ਐਕਚੁਅਲੀ ਕੈਨੇਡਾ ਵਿੱਚ ਚੱਲ ਕੀ ਰਿਹਾ ਹੈ ਔਰ ਬਹੁਤ ਸਾਰੇ ਕਲਸਡੈਂਟ ਇਹ ਰਿਪੋਰਟ ਬੱਚਿਆਂ ਨੂੰ ਨਹੀਂ ਦਿਖਾਣਗੇ। ਇਹਦੇ ਵਿੱਚ ਬਹੁਤ ਇਦਾਂ ਦੇ ਕਾਲਜਿਸ ਨੇ ਜਿਹੜੇ ਕਿ ਆਮ ਹੀ ਸਾਡੇ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਮੂੰਹ ਤੇ ਚੜੇ ਹੁੰਦੇ ਨੇ ਵੀ ਇਹ ਕਾਲਜ ਬਹੁਤ ਵਧੀਆ ਜੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਾਲਜ ਬੜਾ ਰਿਪਿਊਟਡ ਹੈ ਬਹੁਤ ਵਧੀਆ ਕਾਲਜ ਹੈ ਤੇ ਉਹਨਾਂ ਦੀ ਵੀ ਕਿਉਂ ਕੱਟ ਗਈ? ਜਿਹੜੇ ਕਾਲਜ ਤੁਸੀਂ ਕਹਿ ਰਹੇ ਹੋ ਕਿ ਹਰ ਬੱਚੇ ਦੇ ਨਾਮ ਹੀ ਰਟਿਆ ਹੋਇਆ ਹੈ ਜਿਨ੍ਹਾਂ ਦੇ ਕੋਲੋਂ ਕੋਰਸਿਸ ਦੀ ਪਰਮਾਰ ਹੈ ਯਾਨੀ ਉਹ ਕੋਈ ਵੀ ਕੋਰਸ ਕਰਾ ਸਕਦੇ ਆ ਜਿਨ੍ਹਾਂ ਦੇ ਕੋਲ ਲੈਬ ਤਾਂ ਨਹੀਂ ਹੈ ਪਰ ਉਹ ਲੈਬ ਵਾਲਾ ਕੋਰਸ ਵੀ ਕਰਾ ਸਕਦੇ ਆ। ਉਹਨਾਂ ਨੇ ਉਹੀ ਕਾਲਜ ਦੇਣਾ ਹੈ ਬੱਚਿਆਂ ਨੂੰ ਜਿਹੜੇ ਕਾਲਜ ਉਹਨਾਂ ਦੇ ਕੋਲ ਹੈ ਯਾਨੀ ਪ੍ਰਾਈਵੇਟ ਕਾਲਜ ਹੈ ਜਾਂ ਉਹ ਕਾਲਜ ਜਿਹੜੇ ਮਾਰਕੀਟ ਹੁਣੇ-ਹੁਣੇ ਆਏ ਜਿਨ੍ਹਾਂ ਨੇ ਕਾਲਜ ਨੇ ਆਪਣੀ ਐਡਮਿਸ਼ਨਰ ਨੂੰ ਵਧਾਣਾ ਹੈ ਇੱਕ ਕਾਲਜ ਜੋ ਸਿਰਫ ਕੁਆਂਟੀਟੀ ਤੇ ਕੰਮ ਕਰ ਰਿਹਾ ਤਾਂ ਜਿਹੜੇ ਮਾਰਕੀਟ ਵਿੱਚ ਸੁਣਦੇ ਕਿ ਬੜੇ ਨਾਮ ਹੈ ਜਾਂ ਬੜੇ ਫਟਵਰ ਨਾਮ ਬੰਦੇ ਰੱਟਾ ਲੱਗ ਜਾਂਦਾ ਉਹ ਰੱਟਾ ਲੱਗਣ ਦਾ ਕਾਰਨ ਇਹ ਹੈ ਕਿ ਹਰ ਕਲਸੈਂਟ ਉਹ ਕਾਲਜ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਤਾਂ ਉਹਦੀ ਕਲਸੈਂਟ ਨੂੰ ਬੈਨੀਫਿਟ ਹੈ ਜਾਂ ਉਹਦੇ ਕਾਲਜ ਨੂੰ ਬੈਨੀਫਿਟ ਹੈ ਬੱਚੇ ਨੂੰ ਹੁੰਦੀ ਕੋਈ ਬੈਨੀਫਿਟ ਨਜ਼ਰ ਨਹੀਂ ਆਏਗਾ ਜੀ ਤੁਸੀਂ ਚੰਗਾ ਕਾਲਜ ਲੱਭ ਲਓ ਤੁਹਾਨੂੰ ਇੱਕ ਕਨਸਲਟੈਂਟ ਕਹਿੰਦਾ ਕਿ ਚੰਗੇ ਕਾਲਜ ਦੀ ਆਫਰ ਲੈਟਰ ਮਿਲੇਗੀ 2 ਮਹੀਨੇ ਦੂਜੇ ਕਾਲਜ ਆਫਰ ਲੈਟਰ ਮਿਲੇਗੀ 24 ਘੰਟੇ ਤੁਸੀਂ 24 ਘੰਟੇ ਦੀ ਆਫਰ ਲੈਟਰ ਨੂੰ ਛੱਡ ਦਿਓ ਜਦ ਤੁਸੀਂ 10 ਬੰਦੇ ਕੋ ਨਹੀਂ ਬੈਠੋਗੇ ਨਾ ਤੁਸੀਂ ਗੁੰਮਰਾਹ ਹੋ ਜਾਓਗੇ ਤੁਸੀਂ 10 ਬੰਦੇ ਕੋ ਬੈਠੋ ਦਿਮਾਗ ਫਿਰ ਆਪਣਾ ਲਗਾਓ ਤੁਹਾਨੂੰ ਕੋਈ ਵੀ ਕਨਸਲਟੈਂਟ ਇਹ ਨਹੀਂ ਕਹੇਗਾ ਕਿ ਨਹੀਂ ਇਹ ਵਾਲਾ ਕਾਲਜ ਮਾੜਾ ਹੈ ਉਹ ਹਰ ਕਾਲਜ ਨੂੰ ਚੰਗਾ ਕਹਿੰਦਾ ਕਿਉਂ ਕਿਉਂਕਿ ਉਹਨੂੰ ਹੁੰਦਾ ਲਾਲਚ ਕਾਲੀ ਦੇ ਵਿੱਚ ਜਾਣਾ ਤੁਸੀਂ 15 15 ਦਿਨਾਂ ਵਿੱਚ ਆਪਣੀ ਆਫਰ ਲੈਟਰ ਐਂਬੈਸੀ ਚ ਲਾ ਦਿਓ ਤੁਸੀਂ 24 ਘੰਟੇ ਵਿੱਚ ਆਫਰ ਲੈਟਰ ਲੈ ਲਓ ਆਫਰ ਲੈਟਰ ਦੇ ਕੋਈ ਚਾਰजेस ਨਹੀਂ ਹੈ ਇਹ ਸਭ ਚੀਜ਼ਾਂ ਤਾਂ ਖਤਮ ਹੋ ਗਿਆ ਕਾਲਜ ਆਫਰ ਲੈਟਰ ਚਾਰजेस ਹੈ ਨਹੀਂ ਤਾਂ ਕਾਲਜ ਦੇ ਨਾ ਤੁਸੀਂ ਮੰਨ ਲਓ 50 ਡਾਲਰ ਕੋਈ ਚੰਗਾ ਕਾਲਜ ਤੁਹਾਡੇ ਤੋਂ ਲੈ ਰਿਹਾ ਹੈ ਤੁਸੀਂ 50 ਡਾਲਰ ਦੇਣੇ ਬੈਟਰ ਸਮਝੋ ਨਾ ਕਿ ਤੁਸੀਂ ਕਲਸਨ ਨੂੰ ਵੀਜ਼ਾ ਦੇਣਾ ਬੈਟਰ ਸਮਝੋ ਬਹੁਤ ਨੇਰੀ ਚੱਲ ਰਹੀ ਸੀ ਬੜੀਆਂ ਗੱਲਾਂ ਹੋ ਰਹੀਆਂ ਸੀ ਕਿ ਕੈਨੇਡਾ ਦੇ ਵੀਜ਼ੇ ਨਹੀਂ ਲੱਗ ਰਹੇ ਬਹੁਤ ਲੋਕ ਪਰੇਸ਼ਾਨ ਸੀ ਕਿ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਪਰ ਐਕਚੁਅਲ ਦੇ ਵਿੱਚ ਮੇਨ ਰੀਜ਼ਨ ਕੀ ਸੀ ਕਿਹਦੇ ਕਿਹਦੇ ਵੀਜ਼ੇ ਬੰਦ ਹੋਏ ਤੇ ਕਿਹਨੂੰ ਕਿਹਨੂੰ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਤੁਹਾਨੂੰ ਅੱਜ ਪੂਰੀ ਡਿਟੇਲ ਦੱਸਾਂਗੇ ਕੈਨੇਡਾ ਗਵਰਨਮੈਂਟ ਵੱਲੋਂ ਆਈਆਰਸੀਸੀ ਵੱਲੋਂ ਜਿਹੜਾ ਹੈ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ 2018 ਤੋਂ ਲੈ ਕੇ 2021 ਤੱਕ ਕਿਹੜੇ ਕਿਹੜੇ ਕਾਲਜ ਜਿਹੜੇ ਨੇ ਜਿਨ੍ਹਾਂ ਦਾ ਰਿਫਿਊਜ਼ਲ ਰੇਟ ਉਹ ਵਧਿਆ ਹੈ ਉਸ ਸਾਰੀ ਰਿਪੋਰਟ ਜਿਹੜੀ ਹੈ ਹੁਣ ਆਈਆਰਸੀਸੀ ਵੱਲੋਂ ਪੇਸ਼ ਕੀਤੀ ਗਈ ਹੈ ਤੁਹਾਨੂੰ ਰਿਪੋਰਟ ਵੀ ਜਰੂਰ ਜਿਹੜਾ ਹੈ ਦਿਖਾਵਾਂਗੇ ਦੱਸਾਂਗੇ ਕਿਹੜੇ-ਕਿਹੜੇ ਕਾਲਜਿਸ ਜਿਹੜੇ ਨੇ ਕਿਉਂ ਕਰਕੇ ਜਿਹੜਾ ਹੈ ਉਹ ਬੰਦ ਹੋਏ ਨੇ ਆਪਾਂ ਗੱਲ ਕਰਦੇ ਹਾਂ ਜੀ ਵਿਜ਼ਨ ਗਰੁੱਪ ਦੇ ਐਮਡੀ ਹਨੀਸ਼ੁੱਪਲ ਜੀ ਨਾਲ ਤੇ ਜਾਣਦੇ ਹਾਂ ਜੀ ਕੀ ਪੂਰਾ ਮਾਮਲਾ ਹੈ ਤੇ ਕਿਉਂ ਵੀਜ਼ੇ ਰਿਫਿਊਜ਼ ਹੋ ਰਹੇ ਨੇ ਜੀ ਸਰ ਸਵਾਗਤ ਹੈ ਜੀ ਥੈਂਕ ਯੂ ਸਰ ਸਰ ਕੀ ਮੇਨ ਰੀਜ਼ਨ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਵੀਜ਼ੇ ਜਿਹੜੇ ਨੇ ਉਹ ਰਿਫਿਊਜ਼ ਹੋ ਰਹੇ ਨੇ ਆਪਣੇ ਚਲੋ ਫਿਰ ਵੀ ਬਹੁਤ ਵੀਜ਼ੇ ਜਿਹੜੇ ਵਧੀਆ ਲੱਗੇ ਪਰ ਐਕਚੁਅਲ ਦੇ ਵਿੱਚ ਦੇਖੋ ਸਾਰੇ ਰੈਸਟਰੇ ਹਨ ਬੇਸਿਕਲੀ ਮਾਰਕੀਟ ਦੇ ਵਿੱਚ ਨਾ ਦੋ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਇੱਕ ਤਾਂ ਜ਼ਿਆਦਾਰ ਕਲਸਡੈਂਟ ਇਹ ਕਹਿ ਰਿਹਾ ਕੈਨੇਡਾ ਨੇ ਵੀਜ਼ੇ ਦੇਨੇ ਬੰਦ ਕਰਤੇ ਕੁਝ ਚੰਦ ਕਲਸਡੈਂਟ ਇਹ ਕਹਿ ਰਹੇ ਕੈਨੇਡਾ ਨੇ ਵੀਜ਼ੇ ਦੇ ਰਿਹਾ ਹੁਣ ਜਿਹੜੇ ਕਹਿੰਦੇ ਆ ਬੰਦ ਕਰਤੇ ਉਹਨਾਂ ਵਿੱਚ ਜਿਹੜੇ ਜ਼ਿਆਦਾਰ ਕਲਸਡੈਂਟ ਹੋਣ ਜਿਹੜੇ ਪਬਲਿਕ ਕਾਲਜ ਦਾ ਕੰਮ ਨਹੀਂ ਕਰਦੇ ਯਾਨੀ ਜਿਹੜੇ ਪਬਲਿਕ ਕਾਲਜ ਦੇ ਨਾਲ ਅਟੈਚ ਨਹੀਂ ਜਿਨ੍ਹਾਂ ਦਾ ਕੰਮ ਸਿਰਫ ਪ੍ਰਾਈਵੇਟ ਕਾਲਜਸ ਨੂੰ ਪ੍ਰਮੋਟ ਕਰਨਾ ਹੈ ਜਾਂ ਪੈਕੇਜ ਸਿਸਟਮ ਨੂੰ ਪ੍ਰਮੋਟ ਕਰਨਾ ਹੈ ਅੱਜ ਕੈਨੇਡਾ ਗਵਰਨਮੈਂਟ ਨੇ ਅਗਸਤ 2022 ਦੇ ਵਿੱਚ ਇੱਕ ਰਿਪੋਰਟ ਦਿੱਤੀ ਹੈ ਜਿਸ ਰਿਪੋਰਟ ਦੇ ਵਿੱਚ ਜੋ ਰਿਪੋਰਟ ਹੈ ਇਹ ਰਿਪੋਰਟ ਅਗਸਤ 2022 ਦੇ ਵਿੱਚ ਆਈ ਹੈ ਇਹ IRCC ਵੱਲੋਂ ਰਿਪੋਰਟ ਇਹ ਦੱਸਿਆ ਗਿਆ ਹੈ ਕਿ 2018 ਤੋਂ ਲੈ ਕੇ 2021 ਤੱਕ ਕਿਹੜੇ-ਕਿਹੜੇ ਕਾਲਜੇਸ ਦੀ ਰਿਫਿਊਜ਼ਲ ਦੀ ਰੇਸ਼ਿਓ ਜਿਹੜੀ ਇਨਕਰੀਜ਼ ਹੋਈ ਹੈ ਤੁਸੀਂ ਹੈਰਾਨ ਹੋ ਜਾਓਗੇ ਜਿਹੜੇ ਕਾਲਜੇਸ ਪਿਛਲੇ 3 ਸਾਲਾਂ ਦੇ ਵਿੱਚ ਮਾਰਕੀਟ ਵਿੱਚ ਆਏ ਹਨ ਜਿਨ੍ਹਾਂ ਨੇ ਆਪਣਾ ਕਾਰੋਬਾਰ ਪੰਜਾਬ ਵਿੱਚ ਵਧਾਇਆ ਕਾਲਜੇਸ ਦੀ ਗੱਲ ਕਰ ਰਿਹਾ ਨਾ ਕਲਸਟਰੈਂਟ ਦੀ ਉਹਨਾਂ ਕਾਲਜਿਸ ਦੀਆਂ ਰਿਫਿਊਜ਼ਲਾਂ ਦਾ ਜਿਹੜਾ ਪਰਸੈਂਟੇਜ ਹੈ ਵਧੀਆ ਹੈ ਜਿਹੜੇ ਪੁਰਾਣੇ ਪਬਲਿਕ ਕਾਲਜਿਸ ਹਨ ਜਿਨ੍ਹਾਂ ਦਾ ਵਿੱਚ ਆਲਰੇਡੀ ਪਹਿਲਾਂ ਨਾਮ ਹੈ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਇੰਡੀਆ ਦੇ ਮਾਰਕੀਟ ਦੇ ਵਿੱਚ ਇਨਵੋਲਵ ਸੀਗੇ ਉਹਨਾਂ ਕਾਲਜਿਸ ਦੀ ਪਰਸੈਂਟੇਜ ਜ਼ਿਆਦਾ ਇਨਕਰੀਜ਼ ਨਹੀਂ ਹੋਈ ਤੁਸੀਂ ਐਗਜ਼ਾਮਪਲ ਨਾਲ ਸਮਝੋ ਇੱਕ ਕਾਲਜ ਹੈ ਜਿੰਦੀ ਰਿਫਿਊਜ਼ਲ 3% ਵਧੀ ਹੈ ਸਿਰਫ 3% ਇੱਕ ਕਾਲਜ ਹੈ ਜਿਨ੍ਹਾਂ ਦੀ ਰਿਫਿਊਜ਼ਲ 80% ਵਧੀ ਹੈ ਕਿੰਨਾ ਵੱਡਾ ਅੰਤਰ ਹੈ ਤਾਂ ਉਹ ਅੰਤਰ ਕਿਉਂ ਹੈ ਉਹਦੇ ਦੋ ਕਾਰਨ ਸੀ ਪਹਿਲਾ ਮਾਰਕੀਟ ਦੀ ਫਾਈਲਾਂ ਬਹੁਤ ਜ਼ਿਆਦਾ ਲੱਗ ਗਈਆਂ ਉਹ ਜ਼ਿਆਦਾ ਫਾਈਲਾਂ ਕਿਹੜੀਆਂ ਲੱਗੀਆਂ ਜਿਹੜੀ ਪ੍ਰਾਈਵੇਟ ਕਾਲਜਸ ਦੀਆਂ ਇਸ ਨੂੰ ਹਟ ਕੇ ਅਗਰ ਗੱਲ ਕਰੋ ਦੂਜੇ ਪਾਸੇ ਫਾਈਲਾਂ ਪਬਲਿਕ ਕਾਲਜ ਦੀ ਬਹੁਤ ਲੱਗੀਆਂ ਇਹ ਵੀ ਸੱਚ ਹੈ ਹੁਣ ਪਬਲਿਕ ਕਾਲਜ ਫਾਈਲਾਂ ਲੱਗੀਆਂ ਪਰ ਕੀ ਹਰ ਇੱਕ ਬੱਚੇ ਨੂੰ ਉਹਦਾ ਮਨਪਸੰਦ ਕੋਰਸ ਮਿਲਿਆ ਹੋਏਗਾ ਨਹੀਂ ਮਿਲਿਆ ਹੋਏਗਾ ਜਦੋਂ ਮਨਪਸੰਦ ਕੋਰਸ ਨਹੀਂ ਮਿਲਦਾ ਨਹੀਂ ਕੋਰਸ ਦੀ ਰੈਲੇਵੈਂਸੀ ਕੋਰਸ ਨਹੀਂ ਮਿਲੇਗਾ ਤਾਂ ਐਂਡ ਆਫ ਦਾ ਰਿਜ਼ਲਟ ਕੀ ਨਿਕਲੇਗਾ ਰਿਫਿਊਜ਼ਲ ਇਹਦੇ ਵਿੱਚ ਚੰਦ ਇਦਾਂ ਦੇ ਕਾਲਜਸ ਹੈ ਜੋ ਮੈਂ ਤੁਹਾਨੂੰ ਅਗਰ ਨੂੰ ਮੈਂ ਤੁਹਾਨੂੰ ਉਹਦੀ ਪਰਸੈਂਟੇਜ ਦੱਸਾਂ ਤਾਂ ਉਹਨਾਂ ਦੀ ਪਰਸੈਂਟੇਜ 83% ਰਿਫਿਊਜ਼ਲ ਹੈ 78% ਰਿਫਿਊਜ਼ਲ ਹੈ 31% ਰਿਫਿਊਜ਼ਲ ਇਨਕਰੀਜ਼ ਹੋਈ ਹੈ ਪਰ ਕਈ ਚੰਗੇ ਕਾਲਜ ਇਦਾਂ ਜਿਨ੍ਹਾਂ ਦੀ ਪਰਸੈਂਟੇਜ ਉਲਟਾ ਡਾਊਨ ਗਈ ਹੈ ਯਾਨੀ ਉਹਨਾਂ ਦਾ ਰਿਫਿਊਜ਼ਲ ਪਹਿਲੇ ਨਾਲੋਂ ਹੋਰ ਘਟਿਆ ਹੈ ਕੁਝ ਯੂਨੀਵਰਸਿਟੀਆਂ ਜਿਨ੍ਹਾਂ ਦਾ ਪਰਸੈਂਟੇਜ ਹੋਰ ਘਟਿਆ ਹੈ ਕੁਝ ਚੰਗੇ ਕਾਲਜਾਂ ਪਰਸੈਂਟੇਜ ਘਟਿਆ ਤਾਂ ਇਹ ਸਮਝਣਾ ਪਏਗਾ ਮਾਰਕੀਟ ਵਿੱਚ ਵੀਜ਼ੇ ਦਾ ਕੈਨੇਡਾ ਦੇ ਰਹੀ ਹੈ ਬਟ ਹਰ ਇੱਕ ਕਨਸਲਡੈਂਟ ਨੂੰ ਨਹੀਂ ਮਿਲ ਰਹੇ ਹਰ ਇੱਕ ਕਾਲਜ ਦੇ ਵਿੱਚ ਨਹੀਂ ਮਿਲ ਰਹੇ ਹਰ ਇੱਕ ਪਾਰਟਿਕੂਲਰ ਕੋਰਸ ਦੇ ਵਿੱਚ ਵੀ ਨਹੀਂ ਮਿਲਦੇ ਪਏ ਤਾਂ ਬੱਚਾ ਸੋਚ ਸਮਝ ਕੇ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰੇ ਜਦੋਂ ਵੀਜ਼ਾ ਅਪਲਾਈ ਕਰਨਾ ਹੈ ਕਿਉਂਕਿ IRCC ਦੀ ਰਿਪੋਰਟ ਨਾ ਉਹਨਾਂ ਲੋਕਾਂ ਨੂੰ ਉਹਨਾਂ ਕਲਸਰਡੈਂਟ ਨੂੰ ਜਵਾਬ ਹੈ ਕਿ ਜਿਹੜੇ ਇਹ ਕਹਿ ਰਹੇ ਵੀਜ਼ੇ ਨਹੀਂ ਲੱਗ ਰਹੇ ਜਾਂ ਜੋ ਇਹ ਕਹਿ ਰਹੇ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਕੁਝ ਕਲਸਨ ਡੇ ਵੀ ਇਦਾਂ ਦੇ ਹੋਣਗੇ ਮਾਰਕੀਟ ਜੋ ਇਹ ਕਹਿੰਦੇ ਪਿਆ ਕਿ ਨਹੀਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ ਇਹਨਾਂ ਵਿੱਚ ਇਸ ਰਿਪੋਰਟ ਜੀ ਯੂਨੀਵਰਸਿਟੀ ਦੀ ਵੀ ਪਰਸੈਂਟੇਜ ਇੰਕਰੀਜ਼ ਹੈ ਔਰ ਇਸ ਰਿਪੋਰਟ ਦੇ ਵਿੱਚ ਕੁਝ ਕਾਲਜਿਸ ਦੀ ਪਰਸੈਂਟੇਜ ਡਿਕਰੀਜ਼ ਵੀ ਹੈ ਕਿ ਪਰਸੈਂਟੇਜ ਘਟੀ ਉਹਨਾਂ ਦੀ ਰਿਫਿਊਜ਼ਲ ਪਹਿਲੇ ਤਾਂ ਇਹ ਸੋਚ ਸਮੇਂ ਕਿ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ ਜੀ ਅ ਸਰ ਮੈਂ ਪੜ੍ਹੀ ਆ ਰਿਪੋਰਟ ਪੜ੍ਹੀ ਹੈ ਇਹਦੇ ਵਿੱਚ ਬਹੁਤ ਇਦਾਂ ਦੇ ਕਾਲਜਿਸ ਨੇ ਜਿਹੜੇ ਕਿ ਆਮ ਹੀ ਸਾਡੇ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਮੂੰਹ ਤੇ ਚੜੇ ਹੁੰਦੇ ਨੇ ਵੀ ਇਹ ਕਾਲਜ ਬਹੁਤ ਵਧੀਆ ਜੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਾਲਜ ਬੜਾ ਰਿਪਿਊਟਡ ਹੈ ਬਹੁਤ ਵਧੀਆ ਕਾਲਜ ਹੈ ਤੇ ਉਹਨਾਂ ਦੀ ਵੀ ਕਿਉਂ ਘਟ ਗਈ ਉਹਦਾ ਕਾਰਨ ਇਹ ਸੋ ਦੇਖੋ ਕਾਲਜ ਨਾਮ ਤੇ ਚੜਨ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਦੇਖੋ ਜਿਹੜੇ ਬੱਚੇ ਹੈ ਮਾਰਕੀਟ ਵਿੱਚ ਉਹਨਾਂ ਦੇ ਮਨਾਂ ਵਿੱਚ ਕਾਲਜ ਨਾਮ ਕਿਉਂ ਰਟਾ ਲਗਾ ਲੈ ਕਿਉਂਕਿ ਜਦੋਂ ਤੁਸੀਂ ਇੱਕ ਦੁਕਾਨ ਤੇ ਵੀ ਜਾਓਗੇ ਤੁਹਾਨੂੰ ਇੱਕ ਹੀ ਪ੍ਰੋਡਕਟ ਬਾਰ-ਬਾਰ ਦਿਖਾਇਆ ਜਾਏਗਾ ਤੁਹਾਡਾ ਨਾਮ ਰਟਾ ਲੱਗ ਜਾਏਗਾ ਤੁਸੀਂ ਲਕਸ਼ ਨੂੰ ਹਰ ਬੰਦਾ ਜਾਣਦਾ ਹੈ ਹੈਨਾ ਲਕਸ਼ ਦਾ ਨਾਮ ਹਰ ਇੱਕ ਬੰਦੇ ਕੋਲ ਹਰ ਦੁਕਾਨ ਕਰਿਆਨੇ ਦੁਕਾਨ ਤੋਂ ਲਕਸ਼ ਦਾ ਇੱਕ ਬ੍ਰਾਂਡ ਨਜ਼ਰ ਆਏਗਾ ਪਰ ਕੁਝ ਇਦਾਂ ਦੀ ਇਦਾਂ ਦੀ ਬ੍ਰਾਂਡ ਹੈ ਜਿਹੜੇ ਨਾਮ ਐਡ ਨਹੀਂ ਕਰਦੇ ਉਹਨਾਂ ਦਾ ਨਾਮ ਤੁਹਾਨੂੰ ਬੋਲਣ ਵੇਲੇ ਥੋੜਾ ਹਿਚਕਿਚਾਹਟ ਮਹਿਸੂਸ ਹੋਰਗੀ ਪਰ ਉਹਨਾਂ ਦਾ ਨਾਮ ਹੈ ਤਾਂ ਚਾਹੇ ਘੱਟ ਪਰ ਕੁਆਲਿਟੀ ਉਹਨਾਂ ਦੀ ਬੈਟਰ ਹੈ ਜਿਹੜੇ ਕਾਲਜ ਤੁਸੀਂ ਕਹਿ ਰਹੇ ਹੋ ਕਿ ਹਰ ਬੱਚੇ ਦਾ ਨਾਮ ਹੀ ਰਟਿਆ ਹੋਇਆ ਹੈ ਉਹ ਕਾਲਜ ਕਿਹੜੇ ਹਨ ਪਹਿਲਾ ਜਿਹੜਾ 24 ਘੰਟੇ ਚ ਆਫਰ ਲੈਟਰ ਦਵਾ ਦਿੰਦਾ ਦ ਜਿਨ੍ਹਾਂ ਕਾਲਜes ਆਫਰ ਲੈਟਰ ਦੇ ਚਾਰਜਸ ਨਹੀਂ ਹੈ ਤੀਸਰਾ ਉਹ ਜਿਨ੍ਹਾਂ ਦੇ ਕੋਲ ਕੋਰਸਿਸ ਦੀ ਪਰਮਾਰ ਹੈ ਯਾਨੀ ਉਹ ਕੋਈ ਵੀ ਕੋਰਸ ਕਰਾ ਸਕਦੇ ਹਨ ਜਿਨ੍ਹਾਂ ਦੇ ਕੋਲ ਲੈਬ ਤਾਂ ਨਹੀਂ ਹੈ ਪਰ ਉਹ ਲੈਬ ਵਾਲਾ ਕੋਰਸ ਵੀ ਕਰਾ ਸਕਦੇ ਹਨ ਹੁਣ ਜਦੋਂ ਕੋਈ ਬੱਚਾ 10 ਕੰਸਿਡੈਂਟ ਕੋਲ ਜਾਂਦਾ ਹੈ ਔਰ 10 ਦੇ ਵਿੱਚੋਂ ਸਿਰਫ ਦੋ ਕੰਸਿਡੈਂਟ ਕਾਲਜ ਯੂਨੀਵਰਸਿਟੀ ਦੇ ਪੈਨਲ ਦੇ ਵਿੱਚ ਹੋਣ ਔਰ ਉਹ ਅੱਠ ਕੰਸਿਡੈਂਟ ਕੀ ਕਹਿਣਗੇ ਇਸ ਚੰਗਾ ਕਾਲਜ ਮਾੜਾ ਤੁਸੀਂ ਇਹ ਵਾਲੇ ਕਾਲਜ ਚਲੇ ਜਾਓ ਕਿਉਂ ਕਿਉਂਕਿ ਉਹਨਾਂ ਕੋਲ ਵੇਚਣ ਨੂੰ ਕੁਝ ਹੈ ਹੀ ਨਹੀਂ ਉਹਨਾਂ ਨੇ ਉਹੀ ਕਾਲਜ ਦੇਣਾ ਹੈ ਬੱਚਿਆਂ ਨੂੰ ਜਿਹੜੇ ਕਾਲਜ ਉਹਨਾਂ ਦੇ ਕੋਲ ਹੈ ਯਾਨੀ ਪ੍ਰਾਈਵੇਟ ਕਾਲਜ ਹੈ ਜਾਂ ਉਹ ਕਾਲਜ ਜਿਹੜੇ ਮਾਰਕੀਟਿੰਗ ਹੁਣੇ-ਹੁਣੇ ਆਏ ਜਿਨ੍ਹਾਂ ਨੇ ਕਾਲਜ ਨੇ ਆਪਣੀ ਐਡਮਿਸ਼ਨਰ ਨੂੰ ਵਧਾਣਾ ਹੈ ਇੱਕ ਕਾਲਜ ਤਾਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਕਲਸਰੈਂਟ ਦੀ ਉਹਨਾਂ ਨੂੰ ਹੋਰ ਨਵੇਂ ਕਲਸਰੈਂਟ ਨਹੀਂ ਚਾਹੀਦੇ ਕਾਲਜ ਨੂੰ ਕਾਲਜ ਕਹਿੰਦਾ ਮੇਰੇ ਕੋਲ ਪਹਿਲਾਂ 500 ਕਲਸਰੈਂਟ ਸੀਗੇ ਹੁਣ ਮੈਂ ਸਿਰਫ 2 ਕਲਸਰੈਂਟ ਦਾ ਕੰਮ ਕਰਨਾ ਚਾਹਨਾ ਉਹ 480 ਨੂੰ ਉਡਾ ਦੇਗਾ ਤਾਂ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੀ ਲੋਡ ਨਹੀਂ ਹੈਗੀ ਉਹ ਕਾਲਜ ਕੋ ਪਹਿਲਾਂ ਹੀ ਸੀਟਾਂ ਲਿਮਿਟਿਡ ਹੈ ਔਰ ਲਿਮਿਟਿਡ ਹੀ ਕੰਮ ਕਰ ਰਿ ਇਹ ਕਾਲਜ ਜੋ ਸਿਰਫ ਕੁਆਂਟੀਟੀ ਤੇ ਕੰਮ ਕਰ ਰਿਹਾ ਤਾਂ ਜਿਹੜੇ ਮਾਰਕੀਟ ਵਿੱਚ ਸੁਣਦੇ ਕਿ بڑے ਨਾਮ ਹੈ ਜਾਂ بڑے ਫਟਾਫਟ ਨਾਮ ਬੰਦੇ ਰੱਟਾ ਲੱਗ ਜਾਂਦਾ ਉਹ ਰੱਟਾ ਲੱਗਣ ਦਾ ਕਾਰਨ ਇਹ ਹੈ ਕਿ ਹਰ ਕਾਲਜ ਸਣ ਉਹ ਕਾਲਜ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਤਾਂ ਉਹਦੇ ਕਲਸਰਡ ਨੂੰ ਬੈਨੀਫਿਟ ਹੈ ਜਾਂ ਉਹਦੇ ਚ ਕਾਲਜ ਨੂੰ ਬੈਨੀਫਿਟ ਹੈ ਬੱਚੇ ਨੂੰ ਉਹਦੇ ਚ ਕੋਈ ਬੈਨੀਫਿਟ ਨਜ਼ਰ ਨਹੀਂ ਆਏਗਾ ਜੀ ਹਾਂਜੀ ਸੋ ਮਤਲਬ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਚ ਸਮਝਣੀ ਪਏਗੀ ਕਿ ਓਬਵੀਅਸਲੀ ਗੱਲ ਹੈ ਕਿ ਜੇ ਮੈਨੂੰ ਵੀ ਕੋਈ ਕਹੇਗਾ ਕਿ ਜੀ ਤੁਹਾਡਾ ਵੀਜ਼ਾ 24 ਘੰਟੇ ਦੇ ਵਿੱਚ ਲੱਗ ਰਿਹਾ ਹੈ ਤਾਂ ਮੈਂ ਜਾਵਾਂਗਾ ਹੀ ਉੱਥੇ ਕਿ ਹਾਂ ਹੀ ਨਹੀਂ ਜਲਦੀ ਵੀਜ਼ਾ ਲੱਗ ਰਿਹਾ ਹੈ ਕਿਤੇ ਮੈਨੂੰ ਕੋਰਸ ਜਿਹੜਾ ਹੈ ਹਰ ਇੱਕ ਕੋਰਸ ਮਿਲ ਰਿਹਾ ਇਜ਼ੀਲੀ ਤਾਂ ਮੈਂ ਉੱਥੇ ਵੀ ਜਿਹੜਾ ਭੱਜ ਕੇ ਜਾਵਾਂਗਾ ਤਾਂ ਮਤਲਬ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆ ਜਿਹੜੇ ਲੁਭਾਵ ਨੇ ਵਾਦੇ ਜਿਹੜੇ ਕਾਲਜਿਸ ਕਰਦੇ ਨੇਗੇ ਉਹ ਤੋਂ ਥੋੜਾ ਬਚ ਕੇ ਕਿੱਥੇ ਉਹਨਾਂ ਦਾ ਬੱਚਿਆਂ ਦਾ ਆਪਣਾ ਬੈਨੀਫਿਟ ਹੈ ਉਹ ਦੇਖਣਾ ਜ਼ਿਆਦਾ ਜ਼ਰੂਰੀ ਹੈ ਸਰ ਬੱਚਿਆਂ ਨੂੰ ਤਾਂ ਇਹ ਤੁਸੀਂ एलिजिबल ਹੋਣੇ ਚਾਹੀਦੇ ਹੋ ਤੁਸੀਂ एलिजिਬਿਲਟੀ ਦਾ ਅਗਰ ਸਟੈਪ ਵੈਲਾ ਕਲੀਅਰ ਕਰ ਲਿਆ ਇਸ ਆਈਆਰਸੀਸੀ ਰਿਪੋਰਟ ਮੁਤਾਬਿਕ ਤੁਸੀਂ ਦੂਸਰਾ ਸਟੈਪ ਵੀ ਦੇਖੋ ਦੂਸਰਾ ਸਟੈਪ ਕੀ ਹੈ ਕਾਲੀ ਨਾ ਕਰਨਾ ਤੁਸੀਂ ਚੰਗਾ ਕਾਲਜ ਲੱਭ ਲਓ ਤੁਹਾਨੂੰ ਇੱਕ ਕਲਸਟਰਡੈਂਟ ਕਹਿੰਦਾ ਕਿ ਚੰਗੇ ਕਾਲਜ ਦੀ ਆਫਰ ਲੈਟਰ ਮਿਲੇਗੀ 2 ਮਹੀਨੇ ਚ ਦੂਜੇ ਕਾਲਜ ਦੀ ਆਫਰ ਲੈਟਰ ਮਿਲੇਗੀ 24 ਘੰਟੇ ਚ ਤੁਸੀਂ 24 ਘੰਟੇ ਦੀ ਆਫਰ ਲੈਟਰ ਨੂੰ ਛੱਡ ਦਿਓ ਜੇ ਅਸੀਂ ਆਪਣਾ ਅਸੀਂ ਵੀ ਕਰ ਰਹੇ ਹਾਂ ਤੇ ਵੀ ਕਾਰੋਬਾਰ ਕਰ ਰਹੇ ਹਾਂ ਸਾਡੇ ਕੋਲ ਵੀ ਬੱਚੇ 2-2 ਦਿਨਾਂ ਵਿੱਚ ਆਫਰ ਲੈਟਰ ਲੈ ਕੇ ਜਾਂਦੇ ਆਂ ਪਰ ਅਗਰ ਉਹ ਕਾਲਜ ਚੰਗਾ ਤਾਂ ਹੀ ਉੱਥੇ ਫੀਸ ਭਰੋ ਅਗਰ ਉਹ ਕਾਲਜ ਚੰਗਾ ਨਹੀਂ ਹੈਗਾ ਯਾਨੀ ਉਸ ਕਾਲਜ ਦਾ ਨਾਮ ਨਹੀਂ ਚੰਗਾ ਹੈਗਾ ਤਾਂ ਤੁਸੀਂ ਉਹਦੀ ਫੀਸ ਬਿਲਕੁਲ ਨਾ ਭਰੋ ਕਲਸਟਰੈਂਟ ਚਾਹੁੰਦਾ ਹੈ ਕਿ ਮੈਂ ਜਲਦੀ ਜਲਦੀ ਬੱਚੇ ਨੂੰ ਆਫਰ ਲੈਟਰ ਦਵਾਵਾਂ ਬੱਚਾ ਕਿਤੇ ਹੋਰ ਨਾ ਦੌੜ ਜਾਵੇ ਇਹੀ ਲਾਲਚ ਹੈ ਨਾ ਜੀ ਬੱਚੇ ਨੂੰ ਕੀ ਚਾਹੀਦਾ ਹੈ ਜਿਹੜਾ ਮੈਨੂੰ ਸਭ ਤੋਂ ਵਧੀਆ ਕਾਲਜ ਆਫਰ ਲੈਟਰ ਦਵਾਏਗਾ ਜਿਹੜਾ ਰਿਪਿਊਟਿਡ ਕਾਲਜ ਆਫਰ ਲੈਟਰ ਦਵਾਏਗਾ ਮੈਂ ਕੇਸ ਉੱਥੋਂ ਲਵਾਣਾ ਬੱਚੇ ਨੂੰ ਜਿਹੜਾ 2 4 5 ਕਲਸਟਰੈਂਟ ਕੋਲ ਜਾ ਕੇ ਪਹਿਲਾਂ ਲਿਸਟ ਬਣਾਵੇ ਕਰੋ ਨਿਕਲੇ ਡਾਇਰੀ ਲੈ ਕੇ ਨਿਕਲੇ ਡਾਇਰੀ ਸਭ ਕੁਝ ਨੋਟ ਕਰੀ ਚੱਲੇ ਕਿਹੜਾ ਕਨਸਲਡੈਂਟ ਕਿਹੜਾ ਕਾਲਜ ਦੇ ਰਿਹਾ ਹੈ ਕਿਹੜਾ ਕਨਸਲਡੈਂਟ ਕਿਹੜਾ ਕੋਰਸ ਦੇ ਰਿਹਾ ਹੈ ਕਿਹੜਾ ਕਨਸਲ ਕਿੰਨਾ ਪ੍ਰੋਸੈਸਿੰਗ ਟਾਈਮ ਦੇਖ ਰਿਹਾ ਉਸ ਨੂੰ ਜਾ ਕੇ ਇਨਰੋਲਮੈਂਟ ਕਰਨ ਦੀ ਬਜਾਏ ਸਿੱਧਾ ਆਪਣੇ ਘਰ ਵਾਪਸ ਆ ਕੇ ਉਹਨੂੰ ਸਟੱਡੀ ਕਰੇ ਇੱਕ ਦਿਨ ਪੜ੍ਹ ਕੇ ਫਿਰ ਦੁਬਾਰਾ ਉਹਨਾਂ ਕੋਲ ਜਾਵੇ ਜਿਨ੍ਹਾਂ ਕੋਲ ਆਫਰ ਲੈਟਰ ਉੱਪਰ ਅਪਲਾਈ ਕਰਨ ਦਾ ਮਨ ਹੈ ਜਦ ਤੁਸੀਂ 10 ਬੰਦੇ ਕੋ ਨਹੀਂ ਬੈਠੋਗੇ ਨਾ ਤੁਸੀਂ ਗੁੰਮਰਾਹ ਹੋ ਜਾਓਗੇ ਤੁਸੀਂ 10 ਬੰਦੇ ਕੋ ਬੈਠੋ ਦਿਮਾਗ ਫਿਰ ਆਪਣਾ ਲਗਾਓ ਤੁਹਾਨੂੰ ਕੋਈ ਵੀ ਕਨਸਲਡੈਂਟ ਇਹ ਨਹੀਂ ਕਹੇਗਾ ਕਿ ਨਹੀਂ ਉਹ ਹਰ ਕਾਲਜ ਨੂੰ ਚੰਗਾ ਕਹਿੰਦਾ ਕਿਉਂ ਕਿ ਉਹਨੂੰ ਹੁੰਦਾ ਲਾਲਚ ਕਹਦਾ ਕਿ ਬੱਚਾ ਕਿਸੇ ਤਰੀਕੇ ਸਾਡੇ ਕੋਲ ਇਨਰੋਲ ਹੋ ਜਾ ਸਾਡਾ ਵੀ ਸਾਡਾ ਵੀ ਕਾਰੋਬਾਰ ਹੈ ਸਾਡਾ ਵੀ ਲਾਲਚ ਹੈ ਪਰ ਸਾਡੇ ਲਾਲਚ ਸਭ ਤੋਂ ਵੱਡਾ ਇੱਕ ਪਾਰਟ ਹੈ ਕਿ ਬੱਚਿਆਂ ਦਾ ਵੀਜ਼ਾ ਲੱਗਣਾ ਬਹੁਤ ਜ਼ਰੂਰੀ ਹੈ ਅੱਜ ਮਾਰਕੀਟ ਜਿੰਨਾ ਕੁ ਰਸ਼ ਪਿਆ ਹੋਇਆ ਹੈ ਤੁਸੀਂ ਦੱਸ ਅਗਰ ਸਾਡੇ ਕੋਲ ਨਵੇਂ ਬੱਚੇ ਆਉਂਦੇ ਆ ਰੋਜ਼ ਉਹ ਦਸਾਂ ਦੇ ਵਿੱਚੋਂ ਅੱਠ ਬੱਚੇ ਕੋਨ ਹੈ ਰਿਫਿਊਜ਼ਲ ਆਲੇ ਉਹ ਜਦੋਂ ਅੱਠ ਬੱਚੇ ਸਾਨੂੰ ਮਿਲਦੇ ਆ ਸਾਨੂੰ ਲੱਗਦਾ ਕਿ ਅੱਠਾਂ ਵਿੱਚੋਂ ਆਪਾਂ ਸ਼ਾਇਦ ਪੰਜ ਦਾ ਵੀਜ਼ਾ ਕੱਢ ਸਕਦੇ ਸੀਗੇ ਸਾਡਾ ਆਪਣਾ ਦਿਮਾਗ ਹੈ ਆਪਣਾ ਕਾਰੋਬਾਰ ਕਰਨ ਤਰੀਕਾ ਸੋਨ ਲੱਗਦਾ ਪੰਜ ਵੀਜ਼ੇ ਤਾਂ ਮੈਂ ਵੀ ਕੱਢ ਸਕਦਾ ਸੀਗਾ ਬੱਚਿਆਂ ਦੀ ਗਲਤੀ ਕਰਕੇ ਰਿਫਿਊਜ਼ਲ ਆ ਗਿਆ ਕਨਸਲੈਂਟ ਦੀ ਗਲਤੀ ਕਰਕੇ ਰਿਫਿਊਜ਼ਲ ਲੱਗਾ ਫਾਈਲ ਸਹੀ ਤਿਕਨੇ ਪ੍ਰੈਜ਼ੈਂਟ ਨਾ ਕੀਤੀ ਰਿਫਿਊਜ਼ਲ ਆ ਗਿਆ ਤੁਸੀਂ ਸੋਚੋ 2018 ਤੋਂ ਲੈ ਕੇ 2021 ਤੱਕ ਜਾਂ 22 ਤੱਕ ਹਰ ਹਰ ਸਾਲ ਇਨਕਰੀਜ਼ ਹੋਏ ਨੰਬਰ ਬਾਹਰ ਜਾਣ ਲਈ ਤੇ ਇਹ ਜੋ ਕੈਨੇਡਾ ਹਾਈ ਕਮਿਸ਼ਨ ਆਈਆਰਸੀਸੀ ਕਹਿ ਰਿਹਾ ਹੈ ਕਿ ਨੰਬਰ ਆਪਲੀਕੇਸ਼ਨਾਂ ਵਧ ਗਈਆਂ ਨੰਬਰ ਆਪਲੀਕੇਸ਼ਨ ਇੰਨੀ ਆਵਦੀਆਂ ਇੱਕ ਕਾਲਜ ਦੇ ਕੋਲ ਅਗਰ 500 ਦੀ ਸੀਟ ਦੀ ਕੈਪੈਸਿਟੀ ਸੀ ਉਹਨੇ 12 1200 ਬੱਚਿਆਂ ਦੀ ਆਫਰ ਲੈਟਰ ਇਸ਼ੂ ਕੀਤੀਆਂ ਪਰ ਕੈਨੇਡਾ ਹਾਈ ਕਮਿਸ਼ਨ ਤਾਂ ਸਿਰਫ 500 ਨਹੀਂ ਦੇ ਦੇਗਾ 1200 ਨਹੀਂ ਦੇ ਦੇਗਾ ਕਿਉਂਕਿ ਸੀਟਾਂ ਦੀ ਅਵੇਲੇਬਿਲਟੀ ਦੇਖਣੀ ਹੈ ਵੀਜ਼ਾ ਸਟੈਂਪਿੰਗ ਦੇਖਣੀ ਹੈ ਕੈਨੇਡਾ ਦਾ ਸਿਰਫ ਪਰਸੈਂਟੇਜ ਉਹੀ ਆਪ ਵੀਜ਼ਾ ਅਪਲਾਈ ਕਰ ਸਕਦਾ ਜਿਹੜਾ ਚੰਗੇ ਕਾਲਜ ਦੇ ਵਿੱਚ ਅਪਲਾਈ ਕਰੇ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਕੈਨੇਡਾ ਨੇ ਰਿਫਿਊਜ਼ਲ ਦਾ ਰੇਸ਼ਿਓ ਵਧਾ ਦਿੱਤਾ ਕਿਉਂਕਿ ਅਪਲੀਕੇਸ਼ਨਾਂ ਜ਼ਿਆਦਾ ਲੱਗੀਆਂ ਉਹਨਾਂ ਬੱਚਿਆਂ ਦੀ ਜਿਹੜੀ ਐਲੀਜੀਬਲ ਨਹੀਂ ਸੀਗੇ ਉਹਨਾਂ ਬੱਚਿਆਂ ਲਈ ਜਿਹੜੇ ਪਬਲਿਕ ਕਾਲਜ ਅਪਲਾਈ ਕਰ ਬੈਠੇ ਬਟ ਕੋਰਸ ਦੀ ਰੈਲੇਵੈਂਸੀ ਉੱਤੇ ਕੰਮ ਨਹੀਂ ਕੀਤਾ। ਅਗਰ ਅੱਜ ਮੈਂ ਇੱਕ ਬੀਏ ਪਾਸ ਆਊਟ ਬੱਚਾ ਜਾਂ ਮੈਂ ਬੀਕਾਮ ਪਾਸ ਆਊਟ ਕੀਤੀ ਐ ਮੈਂ ਤੁਹਾਡੇ ਕੋਲ ਤੁਹਾਡੇ ਕੱਲ੍ਹ ਤੁਹਾਡੇ ਆਫਿਸ ਦੇ ਵਿੱਚ ਆ ਕੇ ਬੈਠ ਜਾਵਾਂ ਔਰ ਤੁਸੀਂ ਮੈਨੂੰ ਕੋਈ ਬੀ ਬੀਕਾਮ ਕਰਨ ਤੋਂ ਬਾਅਦ ਤੈਨੂੰ ਅਕਾਊਂਟਿੰਗ ਦਾ ਕੋਰਸ ਨਹੀਂ ਦੇ ਸਕਦਾ ਤੂੰ ਹੋਟਲ ਮੈਨੇਜਮੈਂਟ ਕਰਨ ਲੱਗ ਜਾ। ਹੁਣੇ ਮੇਰਾ ਦਿਮਾਗ ਹੋਣਾ ਚਾਹੀਦਾ ਹੈ ਕਿ ਕਿਆ ਬੀਕਾਮ ਤੋਂ ਬਾਅਦ ਹੋਟਲ ਮੈਨੇਜਮੈਂਟ ਕੀਤੀ ਜਾਂਦੀ ਹੈ? ਹੁਣ ਤੁਸੀਂ ਮੈਨੂੰ ਦੋ ਰਸਤੇ ਦੋਗੇ ਪਹਿਲਾ ਅਗਰ ਤਾ ਤੂੰ ਆਫਰ ਲੈਟਰ ਜਲਦੀ ਲੈਣਾ ਹੈ ਫਿਰ ਤਾਂ ਹੋਟਲ ਅਰੇਂਜਮੈਂਟ ਜਨੂਅਰੀ ਇਨਟੈਕ ਅਪਲਾਈ ਕਰ ਲੈ। ਅਗਰ ਤੈਨੂੰ ਆਪਣੀ ਪਸੰਦ ਦਾ ਕੋਰਸ ਚਾਹੀਦਾ ਹੈ ਫਿਰ ਤੂੰ ਸਤੰਬਰ ਮਿਲੇਗਾ। ਤਾਂ ਮੇਰਾ ਦਿਮਾਗ ਕੀ ਹੋਏਗਾ ਮੈਂ ਸਹੀ ਕੋਰਸ ਅਪਲਾਈ ਕਰ ਚਾਹ ਮੈਨੂੰ ਸਤੰਬਰ ਇਨ 2023 ਕਿਉਂ ਨਾ ਮਿਲੇ। ਉਹ ਕਾਲੀ ਦੇ ਵਿੱਚ ਜਾਣਾ ਤੁਸੀਂ 15 15 ਦਿਨਾਂ ਵਿੱਚ ਆਪਣੀ ਆਫਰ ਲੈਟਰ ਐਮਬੈਸੀ ਚ ਲਾ ਦਿਓ। ਤੁਸੀਂ 24 ਘੰਟੇ ਚ ਆਫਰ ਲੈਟਰ ਲੈ ਲਓ। ਆਫਰ ਲੈਟਰ ਦੇ ਕੋਈ ਚਾਰਜਸ ਨਹੀਂ ਹੈ। ਇਹ ਸਭ ਚੀਜ਼ਾਂ ਤਾਂ ਖਤਮ ਹੋ ਗਿਆ ਹੁਣ। ਜੇ ਤੂੰ ਕੱਲਸਣੇਗਾ ਮੇਰੇ ਕੋਈ ਚਾਰਜਸ ਨਹੀਂ ਹੈ। ਕਾਲਜ ਆਫਲਟ ਚਾਰਜਸ ਹੈ ਨਹੀਂ ਤਾਂ ਕਾਲਜ ਦੇ ਨਾ ਤੁਸੀਂ ਮੰਨ ਲਓ 50 ਡਾਲਰ ਕੋਈ ਚੰਗਾ ਕਾਲਜ ਤੁਹਾਡੇ ਤੋਂ ਲੈ ਰਿਹਾ ਹੈ ਤੁਸੀਂ 50 ਡਾਲਰ ਦੇਣੇ ਬੈਟਰ ਸਮਝੋ ਨਾ ਕਿ ਤੁਸੀਂ ਕਲਸਰਡ ਨੂੰ 20000 ਦੇਣਾ ਬੈਟਰ ਸਮਝੋ ਤੁਸੀਂ 50 ਡਾਲਰ ਲਈ ਕਲਸਰਡ ਨਾਲ ਲੜ ਲਓ ਕਿ ਤੂੰ ਮੇਰੀ ਕਲਸਰਡ ਦੀ ਫੀਸ ਘਟਾ ਦੇ ਬਟ ਮੇਰੀ ਆਫਲਟ ਚੰਗੇ ਕਾਲਜ ਅਪਲਾਈ ਕਰ ਸਰ ਪੰਜਾਬ ਦੇ ਵੀ ਨਾ ਲੋਕ ਪੈਸੇ ਲੈ ਕੇ ਘੁੰਮਦੇ ਪਏ ਆ ਹਾਂਜੀ ਹਰ ਬੰਦਾ ਕਹਿੰਦਾ ਕਿ ਮੇਰਾ ਭਾਜੀ ਵੀਜ਼ਾ ਕਰਾ ਦੋ ਦੱਸੋ ਮੈਂ ਤੁਹਾਨੂੰ 10000 ਦੀ ਹੈ ਨਾ 15000 ਦੇਣ ਨੂੰ ਤਿਆਰ ਹਾਂ ਤੁਸੀਂ 20 ਲੈਣੇ ਤੋਂ 30000 ਦੇ ਨੂੰ ਵੀਜ਼ਾ ਆਣਾ ਚਾਹੀਦਾ ਕਿਉਂ ਕਿ ਹਰ ਇੱਕ ਦਾ ਲਾਲਚ ਵੀਜ਼ੇ ਦਾ ਹੈ ਤਾਂ ਜਿਹੜੇ ਬੱਚੇ ਜਿਹੜੇ ਕਲਸੀਡੈਂਟ ਜਾਂ ਜਿਹੜੇ ਪੇਰੈਂਟਸ ਇਸ ਸ਼ੋਅ ਨੂੰ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਇਹ ਸਮਝ ਲਓ ਵੀਜ਼ਾ ਤਾਂ ਹੀ ਲੱਗੇਗਾ ਤੁਹਾਡਾ ਕਾਲਜ ਚੰਗਾ ਹੈ ਤੁਹਾਡਾ ਕੋਰਸ ਚੰਗਾ ਹੈ ਤੁਹਾਡੇ ਸਿਕਸੀਚ ਬੈਂਡ ਹੈ ਕੈਨੇਡਾ ਨੇ ਵੀਜ਼ੇ ਦੇਨੇ ਬੰਦ ਕਰਤੇ ਇਹਦਾ ਆਪਾਂ ਟੈਗ ਲਾਈਨ ਲਾਸਟ ਵੀਕ ਘਟਾਤੀ ਸੈਚਰਡੇ ਨੂੰ ਜਦੋਂ ਆਪਾਂ ਕਿਹਾ ਜੀ ਸਾਡੇ ਵੀਜ਼ੇ 50 ਲੱਗੇ ਦੇਖੋ 50 ਬੱਚਿਆਂ ਨੂੰ ਤੁਹਾਡੀ ਟੀਮ ਵੀ ਉੱਥੇ ਸੀਗੀ ਬੱਚਿਆਂ ਨੇ ਆਹ ਬੋਲੇ 6-6 ਵਾਰ ਵੀਜ਼ਾ ਰਿਫਿਊਜ਼ਡ ਹੈ ਸਾਡਾ 24 ਘੰਟੇ ਵਿਜ਼ਨ ਗਰੁੱਪ ਨੇ ਵੀਜ਼ਾ ਕਰਾਇਆ ਸਾਡਾ ਆਲਰੇਡੀ ਪਹਿਲਾਂ 8 ਸਾਲ ਦਾ ਗੈਪ ਸੀਗਾ 16 ਸਾਲ ਦੇ ਗੈਪ ਤੇ ਮੈਂ ਉਸਨੂੰ ਪਾਸਪੋਰਟ ਦਿੱਤਾ ਬੱਚੇ ਨੂੰ ਤਾਂ ਉਹ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ ਜਿਨ੍ਹਾਂ ਦਾ 6 ਵਾਰ ਵੀਜ਼ਾ ਤੋਂ ਰਿਫਿਊਜ਼ ਸੱਤਵਾਂ ਵਾਰ ਵੀਜ਼ਾ ਆਇਆਗਾ ਤਾਂ ਬੱਚਿਆਂ ਨੂੰ ਵੀਜ਼ਾ ਕੈਨੇਡਾ ਦੇ ਰਿਹਾ ਹੈ ਬਟ ਇਹ ਰਿਪੋਰਟ ਘਰ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਹਰ ਇੱਕ ਬੱਚਾ ਜਿਹੜਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਰਿਹਾ ਹੈ ਉਹਨੂੰ ਇਹ ਰਿਪੋਰਟ ਜ਼ਰੂਰ ਦੇਖਣੀ ਚਾਹੀਦੀ ਉਹਨੂੰ ਸਮਝ ਆ ਜਾਏਗਾ ਕਿ ਐਕਚੁਅਲੀ ਕੈਨੇਡਾ ਵਿੱਚ ਚੱਲ ਕੀ ਰਿਹਾ ਹੈ ਔਰ ਬਹੁਤ ਸਾਰੇ ਕਲਸਿਡੈਂਟ ਇਹ ਰਿ ਇਹ ਗਾਸ 2022 ਇਸੀ ਮੰਥ ਦੀ ਰਿਪੋਰਟ ਹੈ ਤੁਸੀਂ 17 ਪੇਜਾਂ ਦੀ ਰਿਪੋਰਟ ਹੈ 17 ਪੇਜਾਂ ਦੀ ਰਿਪੋਰਟ ਅਗਰ ਬੱਚਾ ਪੜ ਲੇਗਾ ਨਾ ਜੀ ਤਾਂ ਸਮਝ ਲਓ ਕਿ ਉਹ ਬੱਚਾ ਸਮਝਦਾਰ ਹੋ ਜਾਏਗਾ ਵੀਜ਼ਾ ਲੈਣ ਜੁਗਾ ਹੋ ਜਾਏਗਾ ਜੀ ਸੋ ਜਿਹੜੇ ਪੇਰੈਂਟਸ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਨੇ ਉਹ ਜ਼ਰੂਰ ਇੱਕ ਵਾਰੀ ਜਿਹੜਾ ਹੈ ਇਹ ਰਿਪੋਰਟ ਪੜੋ ਇਹ ਰਿਪੋਰਟ ਜਿਹੜੀ ਹੈ ਪਬਲੀਕਲੀ ਅਵੇਲੇਬਲ ਹੈ ਕੈਨੇਡਾ ਦੀ ਵੈਬਸਾਈਟ ਤੇ ਤਾਂ ਇਹਨੂੰ ਜ਼ਰੂਰ ਪੜੋ ਤੇ ਆਪੇ ਡਿਸਾਈਡ ਕਰੋ ਕਿ ਤੁਸੀਂ ਆਪਣੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਕਿੱਧਰ ਲੈਣਾ ਚਾਹਨੇ ਹੂੰ ਚੰਗੇ ਕਾਲਜ ਵਿੱਚ ਭੇਜ ਕੇ ਥੋੜਾ ਵੇਟ ਕਰਕੇ ਜਾਂ ਫਿਰ ਕਿਸੇ ਨੂੰ 24 ਘੰਟਿਆਂ ਦੇ ਵਿੱਚ ਵੀਜ਼ਾ ਜਿਹੜਾ ਹੈ ਕਿਸੇ ਦੀ ਆਫਰ ਸੁਣ ਕੇ ਤੇ ਉਸ ਤੋਂ ਬਾਅਦ ਬੱਚੇ ਨੂੰ ਕਹੋ ਜੀ ਤੂੰ ਜਾ ਕੋਈ ਗੱਲ ਨਹੀਂ ਪਰ ਜੇ ਵੀਜ਼ਾ ਹੀ ਨਾ ਆਵੇ ਤੁਹਾਡੇ ਪੈਸੇ ਵੀ ਵੇਸਟ ਤੇ ਕੋਈ ਫਾਇਦਾ ਵੀ ਨਹੀਂ ਹੈ ਸੋ ਇਹ ਜਾਣਕਾਰੀ ਜਿਹੜੀ ਬਹੁਤ ਇੰਪੋਰਟੈਂਟ ਹੈ ਆਪ ਵੀ ਜਿਹੜਾ ਹੈ ਉਹ ਰਿਪੋਰਟ ਪੜੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਪੜਾਓ ਮਿਲਦੇ ਹਾਂ ਜੀ ਅਗਲੀ ਹੋਰ ਇਨਫੋਰਮੇਟਿਵ ਵੀਡੀਓ ਦੇ ਨਾਲ ਇਸੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਮੈਂ ਅਮਰਜੋ ਸਿੰਘ ਕੈਮਰਾਮੈਨ ਕਰਨ ਦੇਨ